ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਇੱਕ ਪੰਜਾਬ ਦੇ ਇੱਕ ਦੇਸ਼ ਦੇ ਬਹੁਤ ਭਖਦੇ ਮਸਲੇ ਬਾਰੇ ਮੈਂ ਵਿਚਾਰ ਸਾਂਝੇ ਕਰਨ ਲੱਗਿਆ ਤੁਹਾਡੇ ਨਾਲ। ਜਿਹੜੇ 3 ਆਰਡੀਨੈਂਸ ਖੇਤੀਬਾੜੀ ਨਾਲ ਸੰਬੰਧਿਤ ਕੇਂਦਰ ਸਰਕਾਰ ਲੈ ਕੇ ਆਈ ਹੈ, ਉਹਨਾਂ 'ਤੇ ਆਪਦੀ ਰਾਏ ਅਤੇ ਆਪਣੀ ਪਾਰਟੀ ਦਾ ਜੋ ਸਟੈਂਡ ਹੈ ਉਹ ਸਪਸ਼ਟ ਅੱਜ ਮੈਂ ਕਰਨਾ ਚਾਹਾਂਗਾ। ਪਹਿਲੀ ਗੱਲ ਤਾਂ ਇਹ ਹੈ ਵੀ ਸ਼ੁਰੂ ਤੋਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੀ ਅਗਵਾਈ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹਦਾ ਸਪਸ਼ਟ ਸਟੈਂਡ ਹੈ ਵੀ ਅਸੀਂ ਇਹਨਾਂ 3 ਆਰਡੀਨੈਂਸਾਂ ਦੇ ਬਿਲਕੁਲ ਖਿਲਾਫ ਹਾਂ। ਅੱਜ ਤੋਂ ਤਕਰੀਬਨ 1.5 ਮਹੀਨਾ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਪੰਜਾਬ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਸੀ ਅਤੇ ਇਹ ਜੋ ਆਰਡੀਨੈਂਸ ਨੇ ਇਹਨਾਂ ਨੂੰ ਵਾਪਸ ਲੈਣ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਸੀ। ਅਤੇ ਹੁਣ ਵੀ ਜਿਹੜਾ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਅਸੀਂ ਇਹਦਾ ਪੂਰਾ ਇਹਦਾ ਟੋਕ ਕੇ ਵਿਰੋਧ ਕਰਦੇ ਹਾਂ ਅਤੇ ਨਾਲੇ ਜੋ ਵੀ ਕਿਸਾਨ ਯੂਨੀਅਨਾਂ ਜੋ ਪ੍ਰਦਰਸ਼ਨ ਕਰ ਰਹੀਆਂ ਨੇ ਜਾਂ ਜਿਸ ਰੂਪ ਨਾਲ ਉਹ ਵਿਰੋਧ ਕਰ ਰਹੀਆਂ ਅਸੀਂ ਉਹਨਾਂ ਦਾ ਪੂਰੀ ਹਮਾਇਤ ਕਰਦੇ ਹਾਂ, ਸਾਡੀ ਪਾਰਟੀ ਉਹਨਾਂ ਦੀ ਪੂਰੀ ਹਮਾਇਤ ਕਰਦੀ ਹੈ। ਅਤੇ ਨਾਲੇ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਇਹਨਾਂ ਦਾ ਪੂਰਾ ਜ਼ੋਰਦਾਰ ਵਿਰੋਧ ਕਰਾਂਗੇ। ਸਰਦਾਰ ਸੁਖਦੇਵ ਸਿੰਘ ਢੀਂਡਸਾ, ਹਾਲਾਂਕਿ ਉਹਨਾਂ ਦੀ ਕੁਛ ਦਿਨ ਪਹਿਲਾਂ ਰਿਪੋਰਟ ਪੋਜ਼ਿਟਿਵ ਆਈ ਸੀ, ਅੱਜ ਫਿਰ ਉਹਨਾਂ ਨੇ ਆਪਦੀ ਰਿਪੋਰਟ ਜਿਹੜੀ ਹੈ ਉਹ ਅੱਜ ਜਿਹੜਾ ਟੈਸਟ ਕਰਾਇਆ ਅਤੇ ਅਸੀਂ ਆਸ ਕਰਦੇ ਹਾਂ ਵੀ ਉਹ ਟੈਸਟ ਨੈਗੇਟਿਵ ਆਏਗਾ ਅਤੇ ਉਹ ਪਾਰਲੀਮੈਂਟ ਵਿੱਚ ਜਾ ਕੇ ਇਹਦਾ ਪੂਰਾ ਵਿਰੋਧ ਵੀ ਕਰਨਗੇ, ਇਹਦੇ ਖਿਲਾਫ਼ ਵੀ ਬੋਲਣਗੇ ਅਤੇ ਨਾਲੇ ਇਹਦੇ ਖਿਲਾਫ਼ ਵੋਟ ਵੀ ਪਾਉਣਗੇ ਤਾਂ ਕਿ ਜਿਹੜਾ ਇਹ ਇੱਕ ਕਾਲਾ ਕਾਨੂੰਨ ਜੋ ਸਰਕਾਰ ਬਣਾਉਣ ਜਾ ਰਹੀ ਹੈ ਉਹ ਲਾਗੂ ਨਾ ਹੋ ਸਕੇ। ਸਾਡੀ ਸਾਰਿਆਂ ਦੀ ਇਹੀ ਕੋਸ਼ਿਸ਼ ਹੋਏਗੀ ਕਿ ਜੋ ਕਾਨੂੰਨ ਜਿਹੜੇ ਬਣਾਉਣ ਜਾ ਰਹੀ ਹੈ ਕੇਂਦਰ ਦੀ ਸਰਕਾਰ ਇਹ ਬਹੁਤ ਵੱਡੇ ਸਵਾਲ ਜਿਹੜੇ ਖੜ੍ਹੇ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਆਰਡੀਨੈਂਸ ਕਿਉਂ ਲਿਆਂਦਾ ਗਿਆ? ਆਰਡੀਨੈਂਸ ਉਦੋਂ ਲੈ ਕੇ ਆਉਂਦੀ ਹੈ ਸਰਕਾਰ ਜਦ ਕੋਈ ਬਹੁਤ ਹੀ ਅਹਿਮ ਅਤੇ ਅਰਜੈਂਟ ਇਸ਼ੂ ਹੋਵੇ, ਕਿਉਂਕਿ ਨਹੀਂ ਆਮ ਤੌਰ 'ਤੇ ਬਿੱਲ ਦੇ ਰੂਪ ਵਿੱਚ ਸਰਕਾਰ ਜਦ ਸੈਸ਼ਨ ਚੱਲਦਾ ਹੈ ਉਦੋਂ ਲੈ ਕੇ ਆਉਂਦੀ ਹੈ। ਕੀ ਸਰਕਾਰ ਨੂੰ ਇੰਨੀ ਕਾਹਲੀ ਸੀ ਵੀ ਆਰਡੀਨੈਂਸ ਲਿਆਉਣਾ ਪਿਆ, ਖਾਸ ਤੌਰ 'ਤੇ ਜਦ ਦੇਸ਼ ਕੋਵਿਡ ਦੇ ਨਾਲ ਲੜ ਰਿਹਾ ਹੈ ਅਤੇ ਐਡੀ ਕੀ ਮਜਬੂਰੀ ਸੀ? ਪਹਿਲਾਂ ਤਾਂ ਇਹ ਚੀਜ਼ ਜਿਹੜੀ ਹੈ ਲੋਕਾਂ ਦੇ ਵਿੱਚ ਬਹੁਤ ਵੱਡਾ ਇੱਕ ਸ਼ੰਕੇ ਪੈਦਾ ਕਰਦੀ ਹੈ। ਦੂਜੀ, ਕੋਈ ਵੀ ਸਰਕਾਰ ਜਦ ਐਸੇ ਅਹਿਮ ਕਾਨੂੰਨ ਲੈ ਕੇ ਆਉਂਦੀ ਹੈ ਤਾਂ ਜਿਹੜੇ ਸਟੇਕ ਹੋਲਡਰਸ ਨੇ, ਜਿਹੜੇ ਉਹਨਾਂ ਨਾਲ ਜਿਨ੍ਹਾਂ ਦਾ ਸਿੱਧਾ ਸੰਬੰਧ ਹੈ, ਉਹਨਾਂ ਨਾਲ ਜ਼ਰੂਰ ਰਾਏ ਮਸ਼ਵਰਾ ਕਰਦੀ ਹੈ। ਤੁਸੀਂ ਦੇਖਦੇ ਹੋ ਜਦ ਵੀ ਬਜਟ ਪੇਸ਼ ਹੁੰਦਾ ਉਸ ਤੋਂ ਪਹਿਲਾਂ ਜੋ ਵੱਡੇ ਵੱਡੇ ਇੰਡਸਟਰੀਅਲਿਸਟ ਨੇ ਜਾਂ ਵੱਡੇ ਕਾਰੋਬਾਰੀ ਨੇ ਉਹਨਾਂ ਨਾਲ ਸਰਕਾਰ ਮੀਟਿੰਗ ਕਰਦੀ ਹੈ। ਚਾਹੇ ਕੋਈ ਲੇਬਰ ਸੰਬੰਧੀ ਕੋਈ ਬਿੱਲ ਜਾਂ ਹੋਰ ਆਉਂਦੇ ਨੇ ਤਾਂ ਲੇਬਰ ਯੂਨੀਅਨ ਨਾਲ ਗੱਲ ਕੀਤੀ ਜਾਂਦੀ ਹੈ, ਪਰ ਇੱਥੇ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਜਾਂ ਕਿਸਾਨਾਂ ਦੀਆਂ ਜਿਹੜੇ ਕੋਈ ਗਰੁੱਪਸ ਨੇ ਉਹਨਾਂ ਨਾਲ ਕੋਈ ਗੱਲ ਜਿਹੜੀ ਸਰਕਾਰ ਨੇ ਨਾ ਕਰਨੀ ਉਚਿਤ ਸਮਝੀ ਅਤੇ ਇਹ ਵੀ ਜਿਹੜੀ ਹੈ ਗੱਲ ਬੜੀ ਵੱਡਾ ਸਵਾਲ ਪੈਦਾ ਕਰਦੀ। ਤੀਜੀ ਜਿਹੜੀ ਰਵਾਇਤ ਹੈ ਵੀ ਜਿਹੜੇ ਕੌਂਕਰੰਟ ਲਿਸਟ ਦੇ ਵਿੱਚ ਜਿਹੜੇ ਸਾਡੇ ਆਉਂਦੇ ਨੇ ਸਬਜੈਕਟਸ ਜਿਹਦੇ ਵਿੱਚ ਖੇਤੀਬਾੜੀ ਵੀ ਕੌਂਕਰੰਟ ਲਿਸਟ 'ਚ ਆਉਂਦੀ ਹੈ, ਜਿਹਦਾ ਮਤਲਬ ਹੈ ਵੀ ਦੋਨੇ ਸੂਬੇ ਦੀ ਸਰਕਾਰ ਅਤੇ ਕੇਂਦਰ ਦੋਨੇ ਉਹਦੇ ਉੱਤੇ ਕਾਨੂੰਨ ਬਣਾ ਸਕਦੇ। ਆਮ ਤੌਰ 'ਤੇ ਰਵਾਇਤ ਇਹ ਹੈ ਕਿ ਕੌਂਕਰੰਟ ਲਿਸਟ ਦੇ ਵਿੱਚ ਜਿੱਥੇ ਸਰਕਾਰਾਂ ਦਾ ਆਪਸ 'ਚ ਮਤਭੇਦ ਹੋਵੇ ਜਾਂ ਜਿੱਥੇ ਕੋਈ ਐਸੇ ਇਸ਼ੂ ਹੁੰਦੇ ਨੇ ਉੱਥੇ ਕੇਂਦਰ ਸਰਕਾਰ ਇੱਕ ਮਾਡਲ ਐਕਟ ਬਣਾ ਲੈਂਦੀ ਹੈ। ਉਹ ਮਾਡਲ ਐਕਟ ਸਰਕਾਰਾਂ ਨੂੰ ਸੂਬਿਆਂ ਨੂੰ ਭੇਜ ਦਿੰਦੀ ਹੈ ਅਤੇ ਉਹਨਾਂ ਨੂੰ ਕਹਿ ਦਿੰਦੀ ਹੈ ਵੀ ਜਿਹੜੇ ਜਿਹੜੇ ਤੁਸੀਂ ਇਹਨੂੰ ਠੀਕ ਸਮਝਦੇ ਹੋ ਆਪਦੇ ਸੂਬੇ 'ਚ ਲਾਗੂ ਕਰਨਾ ਚਾਹੁੰਦੇ ਹੋ ਉਹ ਇਹ ਮਾਡਲ ਐਕਟ ਨੂੰ ਤੁਸੀਂ ਆਪਦਾ ਐਕਟ ਬਣਾ ਕੇ ਉੱਥੇ ਲਾਗੂ ਕਰ ਦਿਓ। ਪਰ ਇਹਦੇ ਵਿੱਚ ਵੀ ਇਹਨਾਂ ਨੇ ਨਾ ਕੋਈ ਮਾਡਲ ਐਕਟ ਭੇਜਿਆ, ਜੇ ਇਹਨਾਂ ਨੂੰ ਇੰਨੀ ਸੀ ਤਾਂ ਸੂਬਿਆਂ ਨੂੰ ਮਾਡਲ ਐਕਟ ਬਣਾ ਕੇ ਭੇਜਦੇ, ਸੂਬਿਆਂ ਨੂੰ ਲਾਗੂ ਕਰਨ ਨਾ ਕਰਨ ਇਹ ਸੂਬਿਆਂ ਦੇ ਅਧਿਕਾਰ ਬਣ ਜਾਂਦਾ। ਤੀਜਾ, ਜਿਹੜੇ ਇਹ ਜੋ ਸਾਰੇ ਐਕਟ ਨੇ ਇਹਨਾਂ ਦੇ ਵਿੱਚ ਕਿਤੇ ਵੀ ਕਿਸੇ ਰੂਪ ਵਿੱਚ MSP ਦਾ ਜਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ MSP 'ਤੇ ਖਰੀਦ ਕਰਦੀ ਹੈ ਉਹਦਾ ਕੋਈ ਵਰਣਨ ਨਹੀਂ ਹੈ ਅਤੇ ਨਾ ਹੀ ਜਿਹੜੇ ਪ੍ਰਾਈਵੇਟ ਜਿਹੜੇ ਖਰੀਦਦਾਰ ਹੋਣਗੇ ਉਹਨਾਂ 'ਤੇ ਕੋਈ ਪਾਬੰਦੀ ਹੈ ਵੀ ਉਹ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦਣ। ਅਤੇ ਇਹ ਇੱਕ ਜੇ ਉਹਨਾਂ ਦੀ ਮਨਸ਼ਾ ਠੀਕ ਹੁੰਦੀ ਤਾਂ ਇਹਦਾ MSP ਦਾ ਵਰਣਨ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਕੀ ਰੋਲ ਹੋਣ ਵਾਲਾ ਹੈ ਇਸ ਰਜੀਮ ਚੇਂਜ ਤੋਂ ਬਾਅਦ ਇਹ ਜ਼ਰੂਰ ਉਹਦੇ ਵਿੱਚ ਦੱਸਦੇ। ਇਹਨੂੰ ਵੀ ਜਿਹੜਾ ਹੈ ਉਹਦੇ ਵਿੱਚ ਇਹਨਾਂ ਨੇ ਇਹ ਲੁਕੋਤਾ
ਤੇ ਪੂਰੀ ਗੱਲ ਨਹੀਂ ਦੱਸੀ। ਇੱਕ ਇਹ ਕਹਿੰਦਾ ਵੀ ਅਸੀਂ ਤਾਂ ਕਿਸਾਨਾਂ ਨੂੰ ਸਮਾਂ ਇੰਪਾਵਰ ਕਰ ਰਹੇ ਹਾਂ, ਜਿਹੜਾ ਮੈਂ ਸਮਝਦਾ ਕੋਰਾ ਝੂਠ ਹੈ। ਕਿਉਂਕਿ ਜਿਹੜੇ ਇਹਨਾਂ ਨੇ ਕਿਹਾ ਵੀ ਅਸੀਂ ਕੰਟਰੈਕਟ ਕਰਨਾ ਪਊਗਾ ਪ੍ਰਾਈਵੇਟ ਬੰਦਿਆਂ ਨੂੰ ਕਿਸਾਨਾਂ ਦੇ ਨਾਲ, ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹਨਾਂ ਕੋਲ ਬੜੇ ਵੱਡੇ ਵੱਡੇ ਵਕੀਲ ਨੇ, ਬੜਾ ਉਹਨਾਂ ਕੋਲ ਸਰਮਾਇਆ ਹੈ। ਉਹ ਜਿਹੜੇ ਵੀ ਕੰਟਰੈਕਟ ਹੁਣ ਤੱਕ ਆਪਾਂ ਦੇਖਦੇ ਆਏ ਹਾਂ, ਜਿਹੜੀਆਂ ਵੀ ਕੰਪਨੀਆਂ ਨੇ ਪਹਿਲਾਂ ਵੀ ਕੰਟਰੈਕਟ ਫਾਰਮਿੰਗ ਸ਼ੁਰੂ ਹੋਈ ਸੀ, ਉਹ ਹਮੇਸ਼ਾ ਜਿਹੜੀ ਵੱਡੇ ਪ੍ਰਾਈਵੇਟ ਘਰਾਣੇ ਨੇ ਉਹਨਾਂ ਦੇ ਹੱਕ 'ਚ ਹੀ ਹੁੰਦੇ ਨੇ, ਕਿਉਂਕਿ ਉਹਨਾਂ ਵੱਲੋਂ ਬਣਾਏ ਹੁੰਦੇ ਨੇ। ਉਹਨਾਂ 'ਚ ਐਸੀਆਂ ਘੁੰਡੀਆਂ ਰੱਖ ਲੈਂਦੇ ਨੇ, ਜਿਹੜਾ ਕਿਸਾਨ ਹੈ ਉਹ ਜਿਹੜਾ ਬੇਬਸ ਹੋ ਜਾਂਦਾ, ਅਤੇ ਨਾ ਹੀ ਕਿਸਾਨ ਕੋਲ ਇੰਨੀ ਸਮਰੱਥਾ ਹੁੰਦੀ ਹੈ ਵੀ ਕਿ ਉਹ ਆਪਦਾ ਵੱਡਾ ਵਕੀਲ ਕਰਕੇ ਕੋਰਟ ਦੇ ਵਿੱਚ ਲੜ ਸਕੇ। ਸੋ ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਰੂਪ ਵਿੱਚ ਇਹ ਕਿਸਾਨੀ ਨੂੰ ਕਮਜ਼ੋਰ ਕਰਨ ਲਈ ਅਤੇ ਕਿਸਾਨੀ ਦੇ ਜਿਹੜੇ ਅਧਿਕਾਰ ਖੋਹਣ ਵੱਲ ਜਿਹੜਾ ਇਹ ਲੈ ਕੇ ਜਾ ਰਹੀਆਂ ਨੇ। ਅਤੇ ਅੱਜ ਸਮੇਂ ਦੀ ਲੋੜ ਹੈ ਵੀ ਸਾਰੇ ਜਿਹੜੇ ਨੇ ਆਪਾਂ ਇਕੱਠੇ ਹੋ ਕੇ ਇਸ ਜਿਹੜੇ ਕਾਲੇ ਕਾਨੂੰਨਾਂ ਦਾ, ਇਹਨਾਂ ਦਾ ਵਿਰੋਧ ਕਰੀਏ। ਅਤੇ ਜਿਹੜੀ ਚਿੱਠੀ ਇੱਕ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਦਿਖਾਈ ਸੀ ਵੀ ਜੀ ਸਾਨੂੰ ਜਵਾਬ ਆਇਆ ਹੈਗਾ, ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਦੇਸ਼ ਦੇ, ਉਹਨਾਂ ਨੇ ਦਿੱਤਾ ਵੀ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਉਹਨੇ ਕਿਹਾ ਵੀ MSP ਚਾਲੂ ਰਹੇਗਾ। ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਪੁੱਛਣਾ ਚਾਹੁੰਦਾ ਹਾਂ, MSP ਤਾਂ ਇਟਸੈਲਫ ਕੋਈ ਮਤਲਬ ਨਹੀਂ, ਜਦ ਤੱਕ MSP 'ਤੇ ਖਰੀਦ ਨਾ ਕੀਤੀ ਜਾਵੇ। MSP ਜੇ ਸਰਕਾਰ ਅਨਾਊਂਸ ਵੀ ਕਰਦੇ ਤਾਂ ਉਹਦੇ 'ਤੇ ਖਰੀਦ ਹੀ ਨਾ ਕਰੇ ਤਾਂ ਫਿਰ ਉਹ ਉਸ MSP ਦੇ ਕੀ ਮਾਇਨੇ ਹੈ? ਅਤੇ ਜੇ ਅਸੀਂ FCI ਨੂੰ ਹੀ ਬੰਦ ਕਰ ਦਾਂਗੇ, ਜੇ ਅਸੀਂ ਖਰੀਦ ਹੀ ਬੰਦ ਕਰ ਦਾਂਗੇ MSP 'ਤੇ ਖਰੀਦਣੀ, ਤਾਂ ਫਿਰ ਜਿੰਨਾ ਮਰਜ਼ੀ MSP ਅਨਾਊਂਸ ਕਰੀ ਜਾਓ ਉਹਦਾ ਕੋਈ ਫਾਇਦਾ ਨਹੀਂ। ਅਤੇ ਨਾਲੇ ਇਸ ਐਕਟ ਦੇ ਵਿੱਚ ਕੋਈ ਪਾਬੰਦੀ ਨਹੀਂ ਹੈ ਪ੍ਰਾਈਵੇਟ ਸੈਕਟਰ 'ਤੇ ਵੀ MSP ਤੋਂ ਉਹਨਾਂ ਨੂੰ MSP 'ਤੇ ਜਾਂ ਉਸ ਤੋਂ ਵੱਧ ਖਰੀਦਣਾ ਪਏਗਾ। ਉਹਨਾਂ ਦੀ ਆਪਦੀ ਮਰਜ਼ੀ ਹੈ, ਜੋ ਮਰਜ਼ੀ ਕਰਨ, ਅਤੇ ਫਿਰ MSP ਦਾ ਕੋਈ ਕਿਸੇ ਜਿਹੜਾ ਮੈਂ ਸਮਝਦਾ ਮਾਇਨਾ ਜਿਹੜਾ ਨਹੀਂ ਰਹਿ ਜਾਂਦਾ। ਸੋ ਇਸ ਲਈ ਮੇਰੀ ਇਹੀ ਬੇਨਤੀ ਹੈ ਵੀ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ, ਅਤੇ ਸਮਾਂ ਹੁਣ ਸਮਾਂ ਹੈ। ਜਿਹੜੇ ਲੋਕਾਂ ਨੇ, ਪੰਜਾਬੀਆਂ ਨੇ ਸਾਨੂੰ ਐਡਾ ਵੱਡਾ ਮਾਣ ਸਤਿਕਾਰ ਦਿੱਤਾ, ਅੱਜ ਜੇ ਅਸੀਂ ਇਸ ਘੜੀ ਦੇ ਵਿੱਚ ਮੈਂ ਸਮਝਦਾ ਅਸੀਂ ਨਹੀਂ ਨਾਲ ਖੜ ਸਕਦੇ ਤਾਂ ਸਾਡੇ ਤੋਂ ਵੱਡਾ ਅਕਿਰਤ ਘਣ ਕੋਈ ਹੋ ਨਹੀਂ ਸਕਦਾ। ਸੋ ਮੇਰੀ ਇੱਕ ਤਾਂ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੀ ਪਾਰਟੀ ਇਹਦੇ ਖਿਲਾਫ ਜਿੱਥੇ ਤੱਕ ਵੀ ਜਾਣਾ ਪਿਆ ਅਸੀਂ ਪੂਰੀ ਲੜਾਈ ਲੜਾਂਗੇ। ਢੀਂਡਸਾ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਵੀ ਅੱਜ ਸ਼ਾਮ ਤੱਕ ਉਹਨਾਂ ਦੀ ਦੁਬਾਰੇ ਰਿਪੋਰਟ ਆ ਜਾਏਗੀ, ਉੱਥੇ ਜਾ ਕੇ ਪੂਰੀ ਉਹਦੀ ਪੈਰਵਾਈ ਕਰਨਗੇ। ਅਤੇ ਅਸੀਂ ਪੂਰਾ ਇਸ ਮੁੱਦੇ 'ਤੇ ਕਿਸਾਨ ਯੂਨੀਅਨ ਦੇ ਨਾਲ ਖੜ੍ਹੇ ਹਾਂ। ਸੋ ਮੈਂ ਇਹ ਆਸ ਕਰਦਾ, ਅਤੇ ਮੈਂ ਸਮਝਦਾ ਇਹ ਸਾਡੀ ਅਰਦਾਸ ਵੀ ਹੈ ਸਾਰਿਆਂ ਦੀ ਵੀ ਇਹ ਸਾਡਾ ਜੋ ਕੋਸ਼ਿਸ਼ ਹੈ ਸਫਲ ਹੋਵੇ, ਅਤੇ ਅਸੀਂ ਇਹ ਜਿਹੜੇ ਕਾਨੂੰਨ ਨੇ ਇਹਨੂੰ ਲਾਗੂ ਹੋਣ ਤੋਂ ਰੋਕ ਸਕੀਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।